आ गई लाई लटके यार कच्चे घरां दे विच सहना पऊगा जे तू पिंड कालेवाल सारे गल कच्चे हैं करालगढ़ चलो बाइक ने चलांगे मैं एक बारी मैं नोनी अभी सारे जने गए थे नरसी भी निकल दी है यार ये रास्ता है ना नरसी गए ना नाली उत्थे मैं मक्खण भाजी सारे जने वो पता की होया नोनी सी थोड़ा जा छोटा उदो है ना नोनी पिछे टकरे इनू इनू नींद हां चल दे आही निकल जू बूटे हरे तरह के बूटे है उथे बाइक पैदल ही आए थे ना इधर अले पासे गेट का उद्घाटन साढ़े खास बंदे करेंगे आप इधर उधर निकल जाना इधर सारे बूटे ही बूटे है ना नहीं घर ले जाने वास्ते देंगे या नहीं इत्थे बहुत सारे अलग अलग तरह के बूटे है ना अलग अलग तरह दी है डंडी पे चल रहे हैं की लिखे छेड़छाड़ ना करो ये पिंड कालेवाल बोड़िया लागे चौंता पिंड इस टाइम असं मौजूद हाँ साढ़े नाल ने ईशान लाली जी और मेरे इत्थे खाद खाद मिक्स की जाती है इत्थे पनीरी उगाई जाती है कितना सोहना बनाया तेन वधिया लगे आगे शू कि लग रहा तेन स्वराज चला दे चला दे पनीरियां देखो अलग अलग तरह के एक एक मतलब अलग अलग जो बनाए हुए ग्रुप ओ सारिया अलग अलग तरह पनीरियां और हाँ ये जामन
ਆ ਜਿਹੜੀ ਨਾ ਬਣਾਏ ਹੋਏ ਇਹ ਚ ਪਾਣੀ ਲੰਘਣ ਵਾਸਤੇ ਪਾਣੀ ਦੇ ਆਣ ਜਾਣ ਵਾਸਤੇ ਤਾਂ ਜੋ ਹਰੇਕ ਨੂੰ ਪਾਣੀਆਂ ਮਿਲ ਸਕੇ। ਹਾਂਜੀ ਨਹੀਂ ਪਤਾ ਇਹਨਾਂ ਨੂੰ ਲੱਗਦੀਆਂ ਇਹਨਾਂ ਨੂੰ ਬੀਜਣੇ ਪੈਂਦੇ ਫਿਰ ਦਰਖਤ ਬਣ ਜਾਂਦੇ ਵੱਡੇ ਹੋ ਕੇ ਨਾ ਫਿਰ ਉਹ ਤੇਰੀ ਦੇਖੋ ਇਸ਼ੂ ਫਿਰ ਇਸ਼ੂ ਇੱਦਾਂ ਕਰੀ ਚਲੋ ਹੁਣ ਆਪਾਂ ਚੱਲਾਂਗੇ ਮਣ ਚ ਕਰੀ ਇੱਧਰ ਵੀ ਗੇੜਾ ਕੱਢ ਲਈਏ। ਦੇਖੋ ਇਹ ਉੱਗੇ ਹੋਏ ਆ ਇਹਨਾਂ ਨੂੰ ਛਾਂ ਕੀਤੀ ਗਈ ਆ ਹੈ ਨਾ ਕਈ ਬੂਟੇ ਛੋਟੇ ਹੁੰਦੇ ਨਾ ਜਿੱਦਾਂ ਕੁੰਬਲਾ ਜਾਂਦੇ ਆ ਉਹਨਾਂ ਨੂੰ ਛਾਂ ਕੀਤੀ ਹੋਈ ਆ ਇਹਦੇ ਥੱਲੇ ਸਾਰੇ ਬੂਟੇ ਹੀ ਬੂਟੇ ਆ ਆਹ ਦੇਖੋ ਅਮਰੂਦ ਦੇਖੋ ਕਿੰਨਾ ਸੋਹਣੇ ਸਾਨੂੰ ਹੁਸਨ ਲਾਲ ਜੀ ਦੁਬਈ ਵਾਲੇ ਪੱਕੇ ਉਹ ਆਪਣੇ ਨਾਲ ਲੈ ਕੇ ਆਏ ਇੱਥੇ ਪਿੰਡ ਬੋੜੇ ਵਿੱਚ ਘੁਮਾਉਣ ਵਾਸਤੇ ਉਹ ਅੱਗੇ ਪਹੁੰਚ ਗਏ ਮੈਂ ਥੋੜ੍ਹਾ ਜਿਹਾ ਪਿੱਛੇ ਰਹਿ ਗਿਆ ਹੁਣ ਪਹਿਚਾਨਣੇ ਔਖੇ ਨੇ ਹੁਣ ਇਕੱਲਾ ਰੁੱਖ ਤੇ ਮੈਂ ਮੌਜਾਂ ਹੀ ਮੌਜਾਂ ਇਹ ਤੁਸੀਂ ਜਦੋਂ ਰਾਹੋਂ ਰੋਡ ਬੋ ਮਾਛੀਵਾੜੇ ਰੋਡ ਦੇ ਉੱਤੇ ਆ ਪਿੰਡ ਬੋੜੇ ਪਿੰਡ ਦਾ ਨਾਮ ਹੈਗਾ ਬੋੜੇ ਔਰ ਮੈਂ ਇੱਧਰ ਘੁੰਮਦਾ ਹੋਇਆ ਲਓ ਜੀ ਨਜ਼ਾਰਾ ਬੰਨਿਆ ਪਿਆ ਥੱਲੇ ਜਿਹੜੇ ਹਨ ਬੂਟੇ ਰੱਖੇ ਹੋਏ ਆ ਕਈ ਬੂਟੇ ਛਾਂ ਤੋਂ ਨਾ ਰੱਖ ਕੇ ਉਹਨੂੰ ਸੇਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਰਾ ਹੀ ਜੰਗਲ ਹੀ ਜੰਗਲ ਆ ਜੰਗਲ ਹੀ ਜੰਗਲ ਹੁਣ ਇੱਥੇ ਆ ਕੇ ਅਸੀਂ ਫਸ ਗਏ ਹਾਂ ਇਹਨਾਂ ਨੇ ਬਾੜ ਕੀਤੀ ਹੋਈ ਨੋਨੀ ਭੱਜ ਕੇ ਰਸਤਾ ਲੱਭ ਰਿਹਾ ਉਹ ਦੇਖੋ ਰਸਤਾ ਲੱਭ ਚੁੱਕਿਆ ਆ ਤਾਰ ਲੱਗੀ ਆ ਜੀ ਤਾਰ ਤਾਰ ਲੱਗੀ ਆ ਔਰ ਉਹ ਦੇਖੋ ਉੱਧਰ ਹੀ ਲੰਘਣ ਦੀ ਕੋਸ਼ਿਸ਼ ਹੋ ਰਹੀ ਆ ਉਹ ਇੱਕ ਛੋਟਾ ਬੱਚਾ ਲੰਘ ਚੁੱਕਿਆ ਹੁਣ ਇੱਕ ਵੱਡਾ ਬੱਚਾ ਲੰਘਣ ਜਾ ਰਿਹਾ ਪੱਕੇ ਦੁਬਈ ਵਾਲੇ ਵੀ ਲੰਘ ਗਏ ਹਾਂ ਹੁਣ ਇਹ ਕੈਨੇਡਾ 'ਚ ਪਹੁੰਚ ਚੁੱਕੇ ਆ ਦੁਬਈ ਦਾ ਸਿੱਧਾ ਬਾਰਡਰ ਕ੍ਰੋਸ ਕਰਕੇ ਕੈਨੇਡਾ 'ਚ ਪਹੁੰਚ ਗਏ ਆ ਇੱਕ ਮਿੰਟ ਹੀ ਰੁਕ ਜਾ ਔਰ ਈਸ਼ਾਨ ਵੀ ਮੈਂ ਵੀ ਦੁਬਈ ਤੋਂ ਕੈਨੇਡਾ 'ਚ ਆ ਗਿਆ ਆ ਜਾ ਆ ਗਿਆ ਉਹ ਦੇਖ ਸ਼ਾਬਾਸ਼ ਹੋਰ ਸਾਡੇ ਨਾਲ ਸਾਡੇ ਗਾਈਡ ਜੀ ਗਾਈਡ ਸਾਡੇ ਨਾਲ ਸਾਡੇ ਆ ਚੁੱਕੇ ਨੇ ਰੋਹਨ ਕੈਂਥ ਜੀ ਔਰ ਇਹ ਭੱਜ ਗਿਆ ਅੱਗੇ ਅੱਗੇ ਔਰ ਸ਼ਾਨ ਦੇਖੋ ਉਹ ਲੈ ਕੈਨੇਡਾ ਤੋਂ ਸਿੱਧਾ ਸਪੇਨ ਦਾ ਬਾਰਡਰ ਕ੍ਰੋਸ ਕਰਦੇ ਹੋਏ ਆਹ ਦੇਖੋ ਹੁਣ ਅਸੀਂ ਆ ਚੁੱਕੇ ਹਾਂ ਡੈਨਮਾਰਕ ਵਿੱਚ ਆ ਚੁੱਕੇ ਹਾਂ ਉਹ ਤੇਰੀ ਤੇ